ਨਾਮ ਜਪਣ ਦੇ ਨਾਲ ਸਾਰੇ ਕਾਰਜ ਰਾਸ ਹੁੰਦੇ ਆ। ਸਾਰੇ ਕਾਰਜ ਪਰਮੇਸ਼ਰ ਆਪ ਕਰਦਾ। ਨਾਮ ਪ੍ਰਭੂ ਨੂੰ ਬਹੁਤ ਪਿਆਰਾ ਹੈ। ਰੱਬ ਨੂੰ ਸਭ ਤੋਂ ਪਿਆਰਾ ਨਾਮ ਹੀ, ਕੋਈ ਸ਼ੈ ਨਹੀਂ ਪਿਆਰੀ। ਇਹ ਤਾਂ ਉਹਦੀਆਂ ਦਿੱਤੀਆਂ ਨੇ ਸਾਰੀਆਂ। ਸੋਨਾ ਦੇ ਦੇਣ, ਬਸਤਰ ਦੇ ਦੇ, ਧਰਤੀ ਦੇ ਦੇ, ਉਹ ਇਹ ਤਾਂ ਉਹਦੀਆਂ ਚੀਜ਼ਾਂ ਸਾਰੀਆਂ। ਕਿੰਨਾ ਕੁਝ ਮਰਜ਼ੀ ਦਾਨ ਕਰਦੇ, ਇਹ ਸਾਰੀਆਂ ਉਸੇ ਦੀ ਮਾਇਆ ਹੈ। ਪਰ ਨਾਮ ਅਮੋਲ ਕੇ, ਨਾਮ ਸਭ ਤੋਂ ਮਹਿੰਗਾ ਹੈ। ਨਾਮ ਜਪਣ ਦੇ ਨਾਲ ਹੀ ਰੱਬ ਖੁਸ਼ ਹੁੰਦਾ ਹੈ। ਨਾਮ ਜਪਣ ਦੇ ਨਾਲ ਪਾਪ ਸੜ ਜਾਂਦੇ ਆ। ਨਾਮ ਜਪਣ ਨਾਲ ਭਾਗ ਜਾਂਦੇ ਆ। ਆਪਣੇ ਗੁਰਮੁਖ ਬੇਣੀ ਭਗਤ ਕਰ ਜਾਏ ਕਾਂਤ ਬਹਿ ਲਿਵਲਾ। ਇਹ ਬੇਣੀ ਭਗਤ ਹੋਇਆ ਹੈ। ਇਹਨੂੰ ਵੀ ਲਿਵ ਲੱਗ ਗਈ ਸੀ ਪਰਮਾਤਮਾ ਦੀ, ਮਹਾਂਪੁਰਖਾਂ ਦੀ ਸੰਗਤ ਦੇ ਸਦਕਾ। ਗੁਰਮੁਖ ਬੇਣੀ ਭਗਤ ਕਰ ਜਾਏ ਕਾਂਤ ਬਹਿ ਲਿਵ ਲਾਵੇ। ਬੜਾ ਗੁਰਮੁਖ ਬਣਿਆ, ਕੰਮ ਕਾਰ ਨੂੰ ਢੂੰਡਦਾ ਫਿਰਦਾ ਸੀ। ਘਰ ਵਿੱਚ ਗਰੀਬੀ ਸੀ, ਘਰ ਵਿੱਚ ਖਾਣ ਨੂੰ ਕੋਈ ਨਹੀਂ ਸੀ। ਇਹ ਕਿੱਥੋਂ ਲਿਆ ਕੇ ਦੇਵੇ, ਸਾਰੇ ਮੰਗਣ, ਇਹ ਇੱਧਰ ਉੱਧਰ ਭੱਜੇ, ਕੰਮ ਕਿਤੋਂ ਮਿਲੇ ਨੇ। ਕਿਤੇ ਕੰਮ ਕਾਰ ਨਹੀਂ ਲੱਭਦਾ ਸੀ। ਨੌਕਰੀ ਲੱਭਦਾ ਫਿਰਦਾ ਸੀ। ਮਹਾਂਪੁਰਸ਼ਾਂ ਨੇ ਸਮਤ ਦਿੱਤੀ, ਕਹਿੰਦੇ ਛੋਟੀ ਮੋਟੀ ਨੌਕਰੀ ਕਾਹਦੀ ਕਰਨੀ, ਤੂੰ ਰੱਬ ਦੀ ਨੌਕਰੀ ਕਰ ਲਾ। ਰਾਜੇ ਦੇ ਪਿੱਛੇ ਫਿਰਦਾ ਸੀ, ਕੰਮ ਲੱਭਦਾ ਸੀ। ਕਹਿੰਦੇ ਰਾਜਿਆਂ ਦਾ ਰਾਜਾ, ਮਹਾਰਾਜਿਆਂ ਦਾ ਮਹਾਰਾਜਾ ਬਹੁਤ ਕੁਝ ਦਿੰਦਾ ਏ, ਉਹਦੀ ਭਗਤੀ ਕਰ। ਸੰਗਤ ਹੋ ਗਈ ਮਹਾਂਪੁਰਖਾਂ ਦੀ, ਸਿੱਖਿਆ ਮਿਲ ਗਈ, ਗੁਰੂ ਦੀਖਿਆ ਵੀ ਮਿਲ ਗਈ। ਕਹਿੰਦੇ ਭਗਵਾਨ ਦੇ ਨਾਲ ਲਿਵ ਲਾ ਲਾ, ਭਗਵਾਨ ਦਰਸ਼ਨ ਦੇਣਗੇ, ਤੇਰੇ ਬੇੜੇ ਪਾਰ ਹੋ ਜਾਣਗੇ। ਰੋਜ਼ ਘਰੇ ਜਾਂਦਾ ਸੀ, ਮਾਂ ਕਹਿੰਦੀ ਸੀ ਲਿਆ ਪੁੱਤ ਕੁਝ। ਕਹਿੰਦਾ ਕੰਮ ਨਹੀਂ ਮਿਲਿਆ। ਜਦੋਂ ਜਾਣਾ ਮਾਂ ਨੇ ਮੰਗਣਾ, ਕਹਿੰਦਾ ਸੀ ਕੰਮ ਨਹੀਂ ਕੋਈ ਮਿਲਿਆ। ਬਹੁਤ ਔਖਾ ਹੋ ਗਿਆ ਪਰਿਵਾਰ। ਮਹਾਂਪੁਰਸ਼ਾਂ ਨੇ ਕਿਹਾ ਚੱਲ ਤੈਨੂੰ ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ ਦੀ ਨੌਕਰੀ ਦਵਾਉਣੀ ਆ। ਭਗਤੀ ਕਰੀ ਜਾ, ਮੰਗੀ ਕੋਈ ਨਾ, ਮੰਗਣਾ ਕੋਈ ਨਹੀਂ, ਮਿਲੇਗਾ ਸਭ ਕੁਝ। ਮੰਗਣਾ ਕੋਈ ਨਹੀਂ, ਮਿਲੇਗਾ ਸਭ ਕੁਝ। ਅਤੇ ਜਦੋਂ ਪ੍ਰਸੰਨ ਹੋਵੇਗਾ ਨਾ ਪਰਮਾਤਮਾ, ਤਾਂ ਫਿਰ ਤਾਂ ਤੈਨੂੰ ਘਰ ਆਣ ਕੇ ਹੀ ਦਾਤਾਂ ਦੇ ਦੇਵੇਗਾ। ਆਪ ਕਿਰਪਾ ਕਰੇਗਾ, ਦਰਸ਼ਨ ਦੇਵੇਗਾ। ਮਨ ਬਣ ਗਿਆ, ਮਹਾਂਪੁਰਸ਼ਾਂ ਦੇ ਬਚਨਾਂ 'ਤੇ ਵਿਸ਼ਵਾਸ ਹੋ ਗਿਆ। ਜਾ ਕੇ ਇਕਾਂਤ ਵਿੱਚ ਬਹਿ ਕੇ ਨਾਮ ਜਪਣ ਲੱਗ ਪਿਆ ਅਤੇ ਪ੍ਰਭੂ ਦੇ ਚਰਨਾਂ ਦਾ ਧਿਆਨ ਧਰ ਲਿਆ। ਨਾਮ ਐਸੀ ਚੀਜ਼ ਹੈ, ਸ਼ਕਤੀ ਦੇ ਸ਼ਕਤੀ ਮਿਲਦੀ ਰਹਿੰਦੀ, ਨਾਲ ਬਲ ਤੇ ਬਲ ਮਿਲਦਾ ਰਹਿੰਦਾ ਹੈ। ਜਿਵੇਂ ਜਿਵੇਂ ਜਪੇ ਹੋਰ ਬਲ ਮਿਲ ਜਾਂਦਾ ਹੈ, ਹੋਰ ਸ਼ਕਤੀ ਮਿਲ ਜਾਂਦੀ, ਹੋਰ ਕਿਰਪਾ ਹੋ ਜਾਂਦੀ। ਜਦੋਂ ਜਪੇਗਾ, ਇਕਾਂਤ ਬਹਿ ਕੇ ਲਿਵ ਲਾਏਗਾ, ਤਾਂ ਇਹਦੀ ਫਿਰ ਸੁਭਾਅ ਹੀ ਬਣ ਜਾਂਦਾ ਨਾਮ ਜਪਣ ਦਾ, ਆਦਤ ਹੀ ਬਣ ਜਾਂਦੀ।
ਘਰੇ ਰਾਤ ਨੂੰ ਆਜੇ ਕਰੇ। ਮਾਂ ਕਹਿੰਦੀ ਕਹਿੰਦੇ ਮੈਨੂੰ ਨੌਕਰੀ ਮਿਲ ਗਈ ਬੜੇ ਵੱਡੇ ਰਾਜੇ ਦੀ। ਮਾਂ ਖੁਸ਼ ਹੋ ਗਈ। ਕੁਝ ਦਿਨਾਂ ਬਾਅਦ ਫਿਰ ਕਹਿਣ ਲੱਗੀ ਕੁਝ ਮਿਲਿਆ ਹੈ ਕੋਈ ਦਿੱਤਾ ਰਾਜੇ ਨੇ? ਕਹਿੰਦੇ ਨਹੀਂ, ਮੰਗਣਾ ਨਹੀਂ ਕੁਝ, ਆਪੇ ਹੀ ਉਹ ਦਿਆਲ ਹੋ ਕੇ ਦੇਗਾ, ਉਹਨੂੰ ਦਿਸਦਾ ਸਾਰਾ ਕੁਝ। ਕਹਿੰਦੀ ਤੂੰ ਮੰਗ, ਸਾਡੇ ਘਰ ਦਾ ਸਰਦਾ ਨਹੀਂ। ਕਹਿੰਦਾ ਬਹੁਤ ਵੱਡੇ ਰਾਜੇ ਮਹਾਰਾਜੇ ਕੋਲ ਨੌਕਰੀ ਹੈ। ਮਾਂ ਫਿਰ ਸਤਾਉਂਦੀ ਰਵੇ, ਘਰੇ ਉਹ ਵੀ ਔਖੇ ਸੀ, ਕੁਝ ਖਾਣ ਨੂੰ ਨਹੀਂ। ਕਿੰਨਾ ਕੁ ਚਿਰ ਸਮਾਂ ਚੱਲੇਗਾ? ਕੋਈ ਥੋੜ੍ਹਾ ਬਹੁਤਾ ਜਿਹੜਾ ਘਰੇ ਪਿਆ ਹੁੰਦਾ ਗੁਜ਼ਾਰਾ ਕਰੀ ਜਾਂਦੇ ਆ। ਇਹ ਇਕਾਂਤ ਬਹਿ ਕੇ ਲਿਵ ਲਾਵੇ ਕਰੇ। ਮਾਂ ਜਦੋਂ ਘਰੇ ਆਵੇ ਤੈਨੂੰ ਤੰਗ ਕਰੇ, ਮਾਂ ਇਹ ਟਾਲ ਮਟੋਲਾ ਕਰੇ ਕਰੇ ਪੜਿਓ। ਗੁਰਮੁਖ ਬੇਣੀ ਭਗਤ ਕਰ ਬਹਿ ਇਕਾਂਤ, ਜਾਏ ਇਕਾਂਤ ਬਹਿ ਲਿਵ। ਗੁਰਮੁਖ ਬੇਣੀ ਭਗਤ ਕਰ ਜਾਏ ਕਾਂਤ ਬਹਿਲ ਬੁਲਾਵੇ, ਕਰਮ ਕਰੇ ਅਧਿਆਤਮੀ ਹੋਰ ਕਿਸੇ ਨਾ ਲੱਖ ਲਖਾਵੇ। ਅਧਿਆਤਮ ਦੇ ਕਰਮ ਅੰਦਰ ਵਿਚਾਰ ਕੇ ਕਰਨੇ ਕਿ ਇਹ ਭਗਤੀ ਹੈ, ਇਹ ਬੰਦਗੀ ਹੈ, ਇਹ ਨਾਮ ਹੈ, ਪਖੰਡ ਨਹੀਂ ਕਿ ਇਹੋ ਜਿਹਾ ਸਿਲਸਿਲਾ ਕਰ ਲਈਏ, ਆਹ ਕਰ ਲਈਏ, ਉਹ ਕਰ ਲਈਏ। ਪਖੰਡ ਨਹੀਂ ਨੇੜੇ, ਛੋੜ ਛੋੜ ਰਹੇ ਪਖੰਡਾ, ਨਾਮ ਲਈਏ ਜਾਏ ਤਰੰਦਾ। ਕਹਿੰਦੇ ਪਖੰਡ ਛੱਡ ਦੇ, ਜਿਹੜੇ ਤੂੰ ਪਖੰਡ ਕਰਦਾ ਹੈ ਪਾਠ ਕਰਨ ਦੇ, ਕੀਰਤਨ ਕਰਨ ਦੇ, ਇੱਕ ਪੈਸੇ ਦੇ ਪਿੱਛੇ ਹੀ ਪਖੰਡ ਕਰਦਾ ਹੈ, ਅਤੇ ਨਾਮ ਜਪਿਆ ਕਰ, ਪ੍ਰਭੂ ਨਾਲ ਲਿਵ ਲਾਇਆ ਕਰ। ਮਾਇਆ ਤਾਂ ਆਪ ਹੀ ਤੁਰੀ, ਸਭ ਕੁਝ ਆ ਜਾਂਦਾ। ਪਰ ਹੁਣ ਇਹਦੀ ਪਹਿਲੀ ਵਿਸ਼ੇਸ਼ਤਾ ਇਹ ਹੈ ਕਿ ਅਧਿਆਤਮ ਦੇ ਕਰਮ ਕਰਦਾ ਹੈ, ਅੰਦਰ ਹਿਰਦੇ ਅੰਦਰ ਵਿਚਾਰਦਾ ਹੈ ਕਿ ਕਿਹੜੀ ਚੀਜ਼ ਰੱਬ ਨਾਲ ਲਿਵ ਲਾਉਣ ਵਾਲੀ ਹੈ। ਕਰਮ ਕਰੇ ਅਧਿਆਤਮੀ, ਅੱਗੇ ਕੀ ਕਰਮ ਕਰੇ ਅਧਿਆਤਮੀ, ਕਿਸੇ ਤੋਂ ਨਹੀਂ ਮੰਗਦਾ, ਜਾ ਕੇ ਲਿਖ ਲਿਖਾਵੇ। ਕਿਸੇ ਦੀ ਸੋਭਾ ਨਹੀਂ ਕਰਦਾ, ਕਿਸੇ ਦੀ ਵਡਿਆਈ ਰੱਬ ਦੀ ਵਡਿਆਈ ਕਰਦਾ ਹੈ। ਪ੍ਰਭੂ ਨਾਲ ਲਿਵ ਲਾਉਂਦਾ ਹੈ, ਰੱਬ ਦਾ ਨਾਮ ਜਪਦਾ ਹੈ, ਪਰਮੇਸ਼ਰ ਨਾਲ ਬੈਠਾ ਇਕਾਂਤ। ਮਾਂ ਤੰਗ ਕਰਦੀ ਸੀ, ਉੱਥੇ ਹੀ ਬਹਿ ਗਿਆ ਵੀ ਹੁਣ ਘਰੇ ਜਾਣਾ ਹੀ ਨਹੀਂ, ਇੱਥੇ ਲਿਵ ਲਾਵਾਂਗੇ ਪਰਮੇਸ਼ਰ ਦਾ, ਜਿੰਨਾ ਨਾਮ ਜਪਾਂਗੇ ਓਨੀ ਛੇਤੀ ਕੰਮ ਹੋਏਗਾ। ਆਖੋ ਸ੍ਰੀ। ਕਹਿੰਦੀ ਦੁੱਖ ਤਕਲੀਫ ਆਇਆ ਨਾ, ਤੂੰ ਸੌਂ ਹੀ ਨਾ, ਦਿਨੇ ਵੀ ਨਾਮ ਜਪ, ਰਾਤੀ ਵੀ ਲੱਗਾ ਰਹੋ, ਰੱਬ ਤੇਰਾ ਕੰਮ ਕਰ ਦੇਗਾ। ਉਹਦੇ ਪਿੱਛੇ ਪੈ ਜਾ। ਕੇਸੋ ਕੇਸੋ ਕੂਕੀਏ ਨਾ ਸੋਈਏ ਅਸਾਰ, ਰਾਤ ਦਿਵਸ ਕੇ ਕੂਕਣੇ ਕਬੂ ਤੋਂ ਸੁਣੇ ਪਕਾਰ। ਦਿਨ ਰਾਤ ਕੂਕਦਿਆਂ ਕਿਤੇ ਪਕਾਰ ਸੁਣੇਗਾ ਮਾਲਕ, ਉਹ ਬਿਲਕੁਲ ਘਰੋਂ ਗਰੀਬ ਭੁੱਖਾ, ਰੋਟੀ ਪਾਣੀ ਹੈ ਨਹੀਂ, ਮਹਾਂਪੁਰਖਾਂ ਨੇ ਮੱਤ ਦਿੱਤੀ, ਭਗਤੀ ਕਰਨ ਲੱਗ ਪਿਆ। ਮਾਂ ਪੁੱਛਦੀ ਸੀ ਲਿਆ ਖਾਣ ਨੂੰ, ਕੋਈ ਹੈ ਨਹੀਂ ਸੀ, ਉੱਥੇ ਬਹਿ ਗਿਆ। ਆਪਣੇ ਹੋ ਗਈਆਂ ਪੰਕਤੀਆਂ। ਘਰ ਆਇਆ ਜਾ ਪੁੱਛੀਏ ਰਾਜ ਦੁਆਰ ਗਿਆ ਲਾਵੇ, ਜਦੋਂ ਘਰ ਆਏ ਨੂੰ ਪੁੱਛਣ ਕਿ ਕਿੱਧਰ ਜਾਣਾ, ਕੀ ਕਰਦਾ, ਕੋਈ ਮਿਲਿਆ ਕੰਮ? ਕਹਿੰਦਾ ਰਾਜੇ ਦੇ ਕੋਲ ਬੜੀ ਵਧੀਆ ਨੌਕਰੀ ਮਿਲ ਗਈ, ਦੱਸੇ ਮੈਂ ਰਾਜ ਦੁਆਰੇ ਜਾਣਾ, ਰਾਜੇ ਕੋਲ ਨੌਕਰੀ ਕਰਦਾ। ਅੱਗੇ ਜੀ ਅੱਗੇ ਪੜ੍ਹ। ਕਰ ਸਭ ਵਤ ਮੰਗੀਆਂ ਵੱਲ ਛਲ ਕਰਕੇ ਚਾਤ ਲੰਗਾਵੇ। ਕਹਿੰਦੇ ਘਰ ਸਾਰੀਆਂ ਚੀਜ਼ਾਂ ਮੰਗਦੇ ਆ, ਹੁਣ ਵੱਲ ਛਲ ਕਰਦਾ। ਕਹਿੰਦਾ ਅੱਜ ਮਿਲ ਜਾਏਗਾ, ਕੱਲ੍ਹ ਮਿਲ ਜਾਏਗਾ, ਬੜਾ ਮਿਲੇਗਾ, ਰੋਜ਼ ਲਾਰੇ ਲਾਈ ਜਾਂਦਾ। ਘਰ ਦੇ ਪਰੇਸ਼ਾਨ ਹੋ ਗਏ, ਘਰ ਸਾਰੀਆਂ ਵਸਤੂ ਮੰਗਦੀਆਂ, ਹੁਣ ਵੱਲ ਛਲ ਕਰਦਾ, ਭਗਤੀ ਕਰਦਾ, ਉੱਥੇ ਹੀ ਬੈਠ ਗਿਆ। ਹਾਂਜੀ ਅੱਗੇ। ਵੱਡਾ ਸਾਗ ਵਰਤਦਾ ਉਹ ਇੱਕ ਮਨ ਪਰਮੇਸ਼ਰ ਧਿਆਵੇ। ਕਹਿੰਦੇ ਇੱਕ ਮਨ ਹੋ ਕੇ ਉਹਨੇ ਰੱਬ ਦਾ ਨਾਮ ਜਪਿਆ,
परमेश्वर ने एक बड़ा वड्डा सांग वरताया, बड़ा वड्डा कौतक कीता। पै जिस वारे भगत दी राजा होए कै कर चले आवे। कहिंदे भगत दी पैज रखण वास्ते राजा बन के घरे चल के आ गया। परमेश्वर ने राजे का रूप धार लिया, गड्डे समान दे भर ले, आप नाल चल पिया राजा बन के। गड्डिया के गड्डे भर के आण के बेनी का घर पूछे भी कित्थे आ, किसी ने दसिया घर पता तो सब कुछ ही सी। अगे जाके आवाज मारी माई नूं, मां ये घर बेनी दे, कहिंदी हाँ। मां आई चल के, कौन है? कहिंदे मैं राजा हाँ बेनी दा, ते ओ मेरे को नौकरी करदा है, ते मैं सारा समान लेके आया। जदों मां ने बाहर वेख्या ते मां तां होर ही तरह हो गई, भी इन्ना साजो समान, इन्ने पदार्थ, इन्ने तां राजियां महाराजियां कोल नहीं होंदे। गड्डिया के गड्डे लदे हुए ने, जेड़े घर रोटी नहीं पकती सी, खाण नूं नहीं लभदा सी, बंदगी कीती, अज राजा बन के गड्डे भर के, समान दे गड्डे भर के लैके आ गया। ते क्या भी आल मां समान कित्थे रखी है? कहिंदी मेरे को तां थां ही नहीं, मेरा तां घर छोटा है। कहिंदे फिर तू अखां बंद करके बैठ, घर भी मैं वड्डा कर देंगा, घर भी सुंदर महल बन गए, वड्डे वड्डे कोठे बन गए, ते समान सारा उत्थे ढेरी करता रख दिता, घर भी वड्डे वड्डे महल बन गए। हाँ जी, राजा होके घर चला वे। दे दिलासा तुसकै अणगिणती खर्ची पहुंचावे। कहिंदे अणगिणत खर्ची जड़ी परमेश्वर ने, माया भी, वस्त्र भी, पदार्थ भी, हीरे मोती शिंगार भी, सोना चांदी भी, सारा कुछ घर वास्ते गड्डिया के गड्डे भर लिया, घर के सारे समान वड्डे महल भी बनाते। आया भगत पास हम मां मां राजे ने कहा भी मां होर कोई चाहिए समान? कहिंदी नहीं, बहुत है। ते हुण बेणी नूं भेजियो, आपदा समान संभाल लवे। आखो श्री ये सारा समान वो संभाल लवे करे। पहलो मां नूं दर्शन दिते, घर दे खर्चे बचाए, घर वड्डा कर दिता, सोहना बनाता, उधरों बेणी नूं आण के दर्शन दिते। बेनी अखा खोल, उन्हें अखा खोलिया तो उही मूर्त जिंदा ध्यान धरता सी, चरणा ते पै गया। कहिंदे जा कर, कहिंदा घर मां बहुत तंग करदी, मैं नहीं जाना। परमात्मा परमेश्वर कहन लगे, मैं घरे ढेर लाया समान दे, तेरे घर समान वाधू कर आया, जा करे। जदों बेनी घरे गया, मां तो बड़ी खुश, बड़ी फुली समाउंदी नहीं, सारा परिवार खुश। कहिंदी बेनी तेरा राजा बड़ा ही चंगा है, बड़ा समान लियाया, घर भरते, कोठे वड्डे बनाते। मां बेनी कहन लगा, मां वो राजा नहीं सी, वो दा रब सी। आखो श्री वाहिगुरु। कहिंदी रब सी? ते कहिंदे एवें इन्ने कोठे वड्डे बनाते एक मिनट च? मैं किसे राजे को नहीं नौकरी करता सी, मैं तो रब दी बंदगी करता सी, परमेश्वर का नाम ध्यांदा सी, ते उन्हें ये सारा घर के कार्ज किते आ, सारा समान वो लैके आया है। कहिंदी फिर मैं तो बहुत गलती कीती है, मैं उन्हूं पुत पुत आखदी रही, वो मैनू मां मां आखदा रहा, मैं तो सार नहीं जानी रब दी, ते तां बहुत मैं गलती कर ली, मैं तो बिठाया भी नहीं, मत्था भी नहीं टेकया, सेवा भी नहीं कीती, मैं तो बड़ी गलती कर ली, रब मेरे कोल चल के आया। क
कहिंदे बेणी तेरियां रब मंनदा है, तू एक वारी आवाज मार भी सानू एक वारी दर्शन दे जा, भावें सारा कुछ ही वापस लै जा, सानू नहीं चाहिए दर्शन दे दे। कहिंदे इन्ना कहण दी देर सी रब फिर सामने खड़ गया। परमात्मा दोनों चरणों से लिपट गए, कहिंदे मैं किते नहीं गया, मैं इत्थे ही हाँ, तुहाडे विच ही हाँ, मैं किते भी नहीं गया। चरणों के नाल लिपट गए, कहिंदे सानू चरणों नाल जोड़ो, सानू पदार्थ नहीं चाहिए, आपदा नाम जपाओ, आपदे चरणों नाल जोड़ो, किते इन्ने सुख दे के, इन्ने कोठियां महल पदार्थ दे के सानू चरणों नालों ना तोड़ दिया जे, सानू आपदे चरणों नाल जोड़ो, सानू कोई नहीं चाहिए। भगवान प्रसन्न होए, माँ दे हिरदे विच, परिवार दे हिरदे विच, बेनी दे हिरदे च परमेश्वर वसिया। पढ़ियो ओथों आया भगत पास, होए दयाल हेत पुजावे, भगत जना जयकार करावे। जना दी जय जयकार करता है, उतों भगत दे कोल आया। हुण हुक्मनामा सुनो, सारियां वस्तु घरे पूरियां कर दियां, परिवार सारा हुण दिन रात गुण गाउंदा है रब दे, चरणा नाल जुड़े आ, घर विच रहिंदे आ, बंदगी घरे ही करदे आ, सारे परमेश्वर नूं रात दे आ, दुनिया सारी मत्थे टेकदी आण के इन्हां दे घर रब आया, एडा वड्डा कौतक वरताया परमेश्वर। उदों तां लोकां ने पछाणिया नहीं, राजा आया समान लैके आया, मगरों सारी सोचण, सारे बेणी दी संगत करन, नाम जपण बेणी नाल, जिवें तूं जपिया है इवें असी भी जपांगे, साडे कारज रास होणगे, सारे लोग रब दी उस्तत करदे जुड़ गए, बेणी सारा परिवार नाम जपदा ते जपाउंदा है।